ਦੇ ਉੱਤੇ। ਤੇ ਇੱਕ ਗੱਲ ਮੈਂ ਕਹਿ ਰਿਹਾ, ਇਸ ਪ੍ਰਸੰਗ ਦੀ ਮੈਂ ਕਟਾ ਵੱਢ ਕੋਈ ਨਹੀਂ ਕਰਨੀ, ਕਿਉਂਕਿ ਪ੍ਰਸੰਗ ਬਹੁਤ ਪੇਚੀਦਾ ਹੈ, ਬਹੁਤ ਲੰਮਾ ਹੈ। ਮੈਨੂੰ ਅੱਜ ਵੀ ਚੇਤੇ ਆ, ਮੈਂ ਜਦੋਂ ਅਸੀਂ ਪਹਿਲੀ ਵਾਰ ਕੈਨੇਡਾ ਗਏ, ਸਾਨੂੰ ਸੰਗਤ ਕਹਿੰਦੀ ਵੀ ਸ਼ੇਰੇ ਪੰਜਾਬ ਦੇ ਰਾਜ ਭਾਗ ਦੀਆਂ ਗੱਲਾਂ, ਸਿੱਖ ਰਾਜ ਕਿਵੇਂ ਗਿਆ ਉਹਦੀ ਦਾਸਤਾਂ ਸ਼ੁਰੂ ਕਰੋ। ਰੋਜ਼ ਟਾਈਮ ਲਾਇਆ, 3 ਮਹੀਨਿਆਂ ਦੇ ਵਿੱਚ ਮੈਂ ਅੱਧਾ ਭਾਗ ਵੀ ਉਹਦਾ ਕੰਪਲੀਟ ਨਹੀਂ ਸੀ ਕਰ ਸਕਿਆ। ਅਤੇ ਜੇ ਆਪਾਂ ਇੱਥੋਂ ਚੱਲੀਏ ਜਿੱਥੋਂ ਮੈਨੂੰ ਹੁਕਮ ਲੱਗਾ ਹੈ, ਇਹਦੇ ਅਸੀਂ ਪੜਾਅ ਦਰ ਪੜਾਅ ਵੀ ਚੱਲੀਏ ਨਾ, ਪੜਾਅ ਦਰ ਪੜਾਅ, ਅਤੇ ਮੈਂ ਸਿੱਧਾ ਪ੍ਰਸੰਗ ਕਹਾਂ ਅਤੇ 1 ਮਿੰਟ ਵੀ ਇੱਧਰ ਉੱਧਰ ਨਾ ਨਿਕਲਾਂ, ਬਹੁਤਾ ਨਹੀਂ ਤੇ 15 ਘੰਟਿਆਂ ਦਾ ਪ੍ਰਸੰਗ ਸਾਡੇ ਕੋਲ ਅਜੇ ਹੈਗਾ ਵਾ, ਏਡਾ ਲੰਮਾ ਚੌੜਾ ਪ੍ਰਸੰਗ ਹੈ। ਇਸ ਕਰਕੇ ਮੈਂ ਕੋਈ ਕਟਾ ਵੱਢ ਨਹੀਂ ਕਰਨੀ, ਮੇਰੇ ਕੋਲ ਸਮਾਂ ਬੜਾ ਗਿਣਤੀ ਮਿਣਤੀ ਦਾ, ਮੈਂ ਸ਼ੁਰੂ ਕਰ ਦੇਣਾ, ਜਿੱਥੇ ਜਾ ਕੇ ਘੜੀ ਨੇ ਜਵਾਬ ਦੇ ਦਿੱਤਾ ਮੈਂ ਉੱਥੇ ਜਾ ਕੇ ਸਮਾਪਤੀ ਕਰ ਦੇਣੀ ਆ। ਬਸ ਗੱਲ ਕਿਸੇ ਮੈਂ ਕਿਨਾਰੇ ਲਾ ਦਿਆਂਗਾ ਤਾਂ ਜੋ ਤੁਹਾਡੇ ਮਨ 'ਚ ਕੋਈ ਭੁਲੇਖਾ ਨਾ ਰਹੇ, ਇੱਕ ਭਾਗ ਜ਼ਰੂਰ ਕੰਪਲੀਟ ਕਰ ਦਿਆਂਗਾ, ਅੱਧ 'ਚ ਨਹੀਂ ਛੱਡ ਕੇ ਜਾਵਾਂਗਾ, ਜੋ ਵੀ ਹੋਵੇ ਫਿਰ ਕਿਤੇ ਮੌਕਾ ਬਣਿਆ ਆਪਾਂ ਗੱਲ ਉੱਥੋਂ ਅੱਗੋਂ ਸ਼ੁਰੂ ਕਰਨ ਦਾ ਯਤਨ ਕਰਾਂਗੇ। ਆ ਮੇਰੇ ਕੋਲ 1-2 ਅਰਦਾਸੇ ਨੇ, ਮੈਂ ਕਰਕੇ ਤੇ ਦਾਸਤਾਂ ਅਗੇਰੇ ਸ਼ੁਰੂ ਕਰਾਂ। ਧੰਨਵਾਦ ਹੈ ਗੁਰੂ ਕੀ ਸੰਗਤ ਦਾ, ਸਾਰੀ ਪ੍ਰਬੰਧਕ ਕਮੇਟੀ ਦਾ, ਬੜਾ ਤੁਸੀਂ ਪਿਆਰ ਬਖਸ਼ਿਆ। ਮੇਰੇ ਬਹੁਤ ਹੀ ਸਤਿਕਾਰਯੋਗ ਅਜ਼ੀਜ਼ ਸੁੱਖ ਅਮਰੀਕਾ ਜੀ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਅਤੇ ਸਨਮਾਨ ਹੈ। ਸੁੱਖ ਮਨਪ੍ਰੀਤ ਸਿੰਘ ਨਿਊਜ਼ੀਲੈਂਡ, ਉਹਨਾਂ ਵੀਰਾਂ ਵੱਲੋਂ ਬੇਹੱਦ ਪਿਆਰ ਮਾਣ ਅਤੇ ਸਨਮਾਨ ਦੇ ਕੇ ਨਿਵਾਜਿਆ ਜਾਂਦਾ। ਸਰਦਾਰ ਬੇਅੰਤ ਸਿੰਘ ਜੀ ਪਟਵਾਰੀ ਸਾਹਿਬ, ਉਹਨਾਂ ਵੱਲੋਂ 500 ਰੁਪਈਆ ਢਾਡੀ ਜਥੇ ਦੇ ਮਾਣ ਅਤੇ ਸਨਮਾਨ ਅੰਦਰ ਆਇਆ। ਸਰਦਾਰ ਕਰਨੈਲ ਸਿੰਘ ਜੀ ਪ੍ਰਧਾਨ ਸਾਹਿਬ, ਜ਼ਿੰਮੇਵਾਰ ਸੱਜਣ ਆ, ਵੱਡੀਆਂ ਜ਼ਿੰਮੇਵਾਰੀਆਂ ਤੁਸੀਂ ਉਹਨਾਂ ਨੂੰ ਦਿੱਤੀਆਂ ਨੇ, ਉਹਨਾਂ ਨੇ ਬਹੁਤ ਸਾਰਾ ਮਾਣ ਅਤੇ ਸਨਮਾਨ ਦੇ ਕੇ ਨਿਵਾਜਿਆ। ਸਰਦਾਰ ਜਸਵੰਤ ਸਿੰਘ ਜੀ ਬਿਲਾਸਪੁਰ, ਕਵੀਸ਼ਰ ਭਾਈ ਗੁਰਦਿਆਲ ਸਿੰਘ ਜੀ ਢਿਲਵਾਂ, ਸਾਡੇ ਤੋਂ ਪਹਿਲਾਂ ਜਿਹੜੇ ਹਾਜ਼ਰੀ ਨਿਭਾ ਕੇ ਗਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸਰਦਾਰ ਜਗਸੀਰ ਸਿੰਘ ਜੀ ਫੌਜੀ ਧਾਲੀਵਾਲ, ਰਘਵੀਰ ਸਿੰਘ ਰਘੂ, ਬਾਦਲ ਸਿੰਘ ਗਿੱਲ ਅਤੇ ਬਲਜਿੰਦਰ ਸਿੰਘ ਜੀ ਖਾਲਸਾ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਅਤੇ ਸਨਮਾਨ ਦੇ ਕੇ ਨਿਵਾਜਿਆ ਜਾਂਦਾ। ਸਰਦਾਰ ਲਾਲ ਸਿੰਘ ਜੀ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਅਤੇ ਸਨਮਾਨ ਦੇ ਕੇ ਨਿਵਾਜਿਆ ਜਾਂਦਾ। ਵੀਰ ਸਤਵੀਰ ਸਿੰਘ ਅਤੇ ਵੀਰ ਸੁਖਬੀਰ ਸਿੰਘ, ਜਿਨ੍ਹਾਂ ਦੇ ਘਰ ਢਾਡੀ ਜਥੇ ਨੇ ਰਾਤ ਉਤਾਰਾ ਕੀਤਾ, ਉਹਨਾਂ ਦੇ ਕੋਲ ਅਸੀਂ ਰਹੇ। ਅਤੇ ਇੱਕ ਚੀਜ਼ ਆ, ਇਹ ਨਹੀਂ ਹੁੰਦਾ ਅਸੀਂ, ਕਿਉਂਕਿ ਜਦੋਂ ਢਾਡੀ ਬਣ ਜਾਈਏ ਜਾਂ ਬੁਲਾਰੇ ਬਣ ਜਾਈਏ, ਨਿੱਕਾ ਨਿੱਕਾ ਪੁਆਇੰਟ ਕਈ ਵਾਰੀ ਨੋਟ ਕਰਨਾ ਪੈਂਦਾ। ਅਤੇ ਮੈਂ ਇੱਕ ਚੀਜ਼ ਵੇਖੀ ਆ, ਜਿੰਨਾ ਪਿਆਰ ਇਹਨਾਂ ਦੋਵਾਂ ਭਰਾਵਾਂ ਦੇ ਵਿੱਚ ਆ, ਭਰਾਵਾਂ ਦੇ ਵਿੱਚ ਪਿਆਰ ਇੰਨਾ ਹੀ ਚਾਹੀਦਾ ਵਾ। ਜਿਹੜਾ ਵੱਡਾ ਵਾ ਉਹਨੇ ਆਪਣੇ ਆਪ ਨੂੰ ਥੋੜ੍ਹਾ ਮੇਨਟੇਨ ਜ਼ਿਆਦਾ ਕੀਤਾ, ਉਹ ਛੋਟਾ ਲੱਗਦਾ ਵਾ, ਜਿਹੜਾ ਛੋਟਾ ਵਾ ਉਹ ਵੱਡਾ ਲੱਗਦਾ ਵਾ। ਪਰ ਪਿਆਰ ਇੰਨਾ ਵਾ ਵੀ ਜੋ ਵੱਡਾ ਕਹਿ ਦਿੰਦਾ ਛੋਟਾ ਭੱਜਾ ਹੀ ਤੁਰਿਆ ਜਾਂਦਾ, ਉਹ ਇੱਕ ਵਾਰੀ ਵੀ ਨਹੀਂ ਕਹਿੰਦਾ ਵੀ ਕੋਈ ਨਹੀਂ ਉਹਨੂੰ ਕਹਿ ਦਿੰਦਾ ਵਾ। ਸਾਡੇ 'ਚ ਹੁੰਦਾ ਹੈਗਾ ਨਾ ਇੱਕ ਨੂੰ ਕੰਮ ਕਹੀਏ ਉਹ ਗਾਂਹ ਕਹਿ ਦਿੰਦਾ ਵਾ, ਉਹ ਗਾਂਹ ਕਹਿ ਦਿੰਦਾ ਵਾ। ਪਰ ਮੈਂ ਬੇਹੱਦ ਪਿਆਰ ਵੇਖਿਆ ਇਹਨਾਂ ਭਰਾਵਾਂ ਦੇ ਅੰਦਰ, ਇਹਨਾਂ ਦੇ ਪਰਿਵਾਰ ਅੰਦਰ। ਇਸੇ ਤਰ੍ਹਾਂ ਭਰਾਵਾਂ 'ਚ ਪਿਆਰ ਹੋਣਾ ਚਾਹੀਦਾ ਵਾ, ਬੱਚਿਆਂ 'ਚ ਪਿਆਰ ਹੋਣਾ ਚਾਹੀਦਾ ਵਾ। ਮੈਂ ਤੁਹਾਡੇ ਸਾਰੇ ਨਗਰ ਦੀ ਚੜ੍ਹਦੀ ਕਲਾ ਵਾਸਤੇ, ਇਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹਾਂ। ਇੱਕ ਵਾਰ ਸਾਰੀ ਸੰਗਤ ਹੱਥ ਜੋੜ ਕੇ ਆਖੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਆਓ ਹੁਣ ਲੜੀਵਾਰ ਪ੍ਰਸੰਗ ਆਪਾਂ ਸ਼ੁਰੂ ਕਰੀਏ, ਸਿੱਖ ਰਾਜ ਦੀਆਂ ਛਾਮਾਂ, ਸਿੱਖ ਰਾਜ ਕਿਵੇਂ ਗਿਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀਆਂ ਬਾਤਾਂ। ਅਤੇ ਜਦੋਂ ਇਹ ਪ੍ਰਸੰਗ ਸ਼ੁਰੂ ਕਰੀਏ, ਫਿਰ ਮੈਨੂੰ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਵੀ ਗੱਲ ਸ਼ੁਰੂ ਕਰਾਂ ਕਿੱਥੋਂ, ਕਿਉਂਕਿ ਰਾਜ ਹੈ ਹੀ ਏਡਾ ਵੱਡਾ ਸਾਡਾ। ਸ਼ੇਰੇ ਪੰਜਾਬ ਦੇ ਗੁਣ ਬਣੇ ਨੇ, ਜਿਹੜਾ ਬੰਦਾ ਗੁਣੀ ਹੋਵੇ ਨਾ, ਜਿਹੜਾ ਬੰਦਾ ਗੁਣੀ ਹੋਵੇ
ਗੁਣੀ ਬੰਦੇ ਦੀਆਂ ਗੱਲਾਂ ਕਰਨ ਲੱਗਿਆਂ ਬੰਦੇ ਨੂੰ 100 ਵਾਰੀ ਸੋਚਣਾ ਪੈਂਦਾ ਵੀ ਗੱਲ ਸ਼ੁਰੂ ਕਿੱਥੋਂ ਕਰੀਏ। ਜੇ ਜਿਹੜੇ ਬੰਦੇ 'ਚ ਹੋਵੇ ਔਗਣ, ਉਹਦੇ ਜਿੱਥੋਂ ਮਰਜ਼ੀ ਕੰਨ ਮਰੋੜ ਲਓ, ਜਿੱਥੋਂ ਮਰਜ਼ੀ ਬਾਂਹ ਮਰੋੜ ਲਓ, ਉਹਦਾ ਕੰਮ ਹੁੰਦਾ ਥੋੜ੍ਹਾ ਸੌਖਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀਆਂ ਗੱਲਾਂ ਕਰਨਾ ਬਹੁਤ ਵੱਡੀ ਗੱਲ ਆ। ਸ਼ੇਰੇ ਪੰਜਾਬ ਨੇ 40 ਸਾਲ ਰਾਜ ਕੀਤਾ, 40 ਸਾਲ। ਪਿੱਛੇ ਜੇ ਅਮਰੀਕਾ ਵਾਲਿਆਂ ਨੇ ਇੱਕ ਖੋਜ ਕੀਤੀ, ਉਹਨਾਂ ਨੇ ਪੂਰੀ ਦੁਨੀਆ ਦਾ ਇਤਿਹਾਸ ਸਾਹਮਣੇ ਰੱਖ ਕੇ ਪਿਛਲੇ 500 ਸਾਲਾਂ ਦਾ ਦੁਨੀਆ ਦਾ 1 ਨੰਬਰ ਦਾ ਬਾਦਸ਼ਾਹ ਚੁਣਿਆ ਪੂਰੀ ਦੁਨੀਆ ਵਿੱਚੋਂ, ਕਿ ਪਿਛਲੇ 500 ਸਾਲਾਂ ਦੇ ਵਿੱਚ ਉਹ ਕਿਹੜਾ ਬਾਦਸ਼ਾਹ ਹੈ, ਉਹ ਕਿਹੜਾ ਰਾਜਾ ਹੈ ਜਿਹਨੂੰ 1 ਨੰਬਰ 'ਤੇ ਰੱਖਿਆ ਜਾ ਸਕਦਾ। ਅਤੇ ਤੁਸੀਂ ਹੈਰਾਨ ਹੋਵੋਗੇ, ਉਹਨਾਂ ਦੀ ਖੋਜ ਇਹ ਗੱਲ ਕਹਿੰਦੀ ਆ, ਪਿਛਲੇ 500 ਸਾਲਾਂ ਦੀ ਕਾਢ ਦੱਸਦੀ ਆ, ਦੁਨੀਆ ਦਾ 1 ਨੰਬਰ ਦਾ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ। ਹੁਣ ਉਹਦੇ ਰਾਜ ਭਗਤ ਦੀਆਂ ਆਪਾਂ ਕੁਝ ਸਿਫਤਾਂ ਕਰੀਏ, ਸਾਨੂੰ ਪਤਾ ਲੱਗੇ ਅਸੀਂ ਕਿਹੜੇ ਪੰਜਾਬ 'ਚ ਰਹਿੰਦੇ ਸਾਂ। ਸ਼ੇਰੇ ਪੰਜਾਬ ਨੇ 40 ਸਾਲ ਰਾਜ ਕੀਤਾ ਵਾ, ਸਿਆਣੇ ਬੈਠੇ ਹੋ, 40 ਸਾਲਾਂ 'ਚ ਉਹਨੇ 1 ਬੰਦੇ ਨੂੰ ਫਾਂਸੀ ਲਾ ਕੇ ਨਹੀਂ ਮਾਰਿਆ। ਜੇ ਤੁਹਾਨੂੰ ਕਿਤੇ ਲਿਖ ਜੇ, ਪੜ੍ਹਿਆ ਲਿਖ ਜੇ, ਮਿਲ ਜੇ ਕਿਤੇ, ਤਾਂ ਮੈਨੂੰ ਜ਼ਰੂਰ ਦੱਸਿਓ ਕਿ 40 ਸਾਲ ਵਿੱਚ ਕਿਸੇ ਬੰਦੇ ਨੂੰ ਸਜ਼ਾ ਦਿੱਤੀ ਹੋਵੇ, ਕਿਸੇ ਬੰਦੇ ਨੂੰ ਫਾਂਸੀ ਦਿੱਤੀ ਹੋਵੇ। ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ 1 ਵੀ ਕ੍ਰਾਈਮ ਨਹੀਂ ਸੀ ਹੈਗਾ, 1 ਵੀ ਕ੍ਰਾਈਮ ਨਹੀਂ ਸੀ ਹੈਗਾ। ਕੋਈ ਕਤਲ ਨਹੀਂ ਸੀ ਕਰਦਾ, ਕੋਈ ਚੋਰੀ ਯਾਰੀ ਨਹੀਂ ਸੀ ਕਰਦਾ। ਸਿੱਖ ਵੀ ਸੌਖਾ, ਮੁਸਲਮਾਨ ਸੌਖਾ, ਹਿੰਦੂ, ਈਸਾਈ, ਬੋਧੀ, ਜੈਨੀ ਸਾਰੇ ਆਪਣੇ ਚੰਗੇ ਵਧੀਆ ਦਿਨ ਬਤੀਤ ਕਰਦੇ ਸੀ। ਆ ਸਾਡੇ 'ਚ ਨਾ ਥੋੜ੍ਹਾ ਕੁ ਚਿਰ ਹੋਇਆ ਇੱਕ ਪ੍ਰਚਾਰ ਚੱਲ ਪਿਆ, ਕਾਮਰੇਡੀ ਪ੍ਰਚਾਰ। ਉਹਦੇ 'ਚ ਤੁਸੀਂ ਵੀ ਕਈ ਵਾਰੀ ਗੱਲ ਕਹਿ ਦਿੰਦੇ ਜੇ, ਤਾਂ ਸਾਡੇ ਪ੍ਰਚਾਰਕ ਵੀ ਕਈ ਵਾਰੀ ਸਟੇਜਾਂ 'ਤੇ ਕਹਿ ਜਾਂਦੇ ਆ, ਅਖੇ ਜੀ ਸਿੱਖਾਂ ਨੂੰ ਰਾਜ ਲੈਣਾ ਆਉਂਦਾ ਵਾ, ਸਿੱਖਾਂ ਨੂੰ ਰਾਜ ਕਰਨਾ ਨਹੀਂ ਆਉਂਦਾ। ਇਹ ਸਭ ਤੋਂ ਵੱਡੀ ਬੇਵਕੂਫੀ ਆ, ਆਪਣੇ ਹੱਥ ਵੱਢ ਕੇ ਦੇਣ ਵਾਲੀ ਗੱਲ ਆ। ਸਿੱਖਾਂ ਵਰਗਾ ਰਾਜ ਦੁਨੀਆ 'ਚ ਕੀਤਾ ਹੀ ਕਿਸੇ ਨੇ ਨਹੀਂ ਆ। ਸਿੱਖ ਜੰਮੇ ਰਾਜ ਭਾਗ ਕਰਨ ਵਾਸਤੇ ਆ। ਹਮ ਰਾਖਤ ਪਾਤਸ਼ਾਹੀ ਦਾਵਾ, ਅਸੀਂ ਜਨਮ ਸਿੱਧ ਰਾਜੇ ਹਾਂ। ਲੋਕ ਕਹਿੰਦੇ ਹਿੰਦੂ ਰਾਸ਼ਟਰ ਬਣਾਉਣਾ, ਤਖਤਾਂ 'ਤੇ ਬੈਠੇ ਕਹਿੰਦੇ ਹੀ ਆ ਨਾ। ਤੁਹਾਡੇ ਹਿੰਦੂ ਰਾਸ਼ਟਰ ਦੀ ਤਸਵੀਰ ਦੁਨੀਆ ਨੇ ਵੇਖੀ ਆ, ਗਲਾਂ 'ਚ ਟਾਇਰ ਪਾ ਕੇ ਬੰਦੇ ਸਾੜੇ ਜਾਂਦੇ ਆ, ਟ੍ਰੇਨਾਂ ਦੀਆਂ ਟ੍ਰੇਨਾਂ ਬੰਦਿਆਂ ਦੀਆਂ ਸੜ ਜਾਂਦੀਆਂ, ਮਣੀਪੁਰ ਦੇ ਵਿੱਚ ਗਰੀਬਾਂ ਦੀਆਂ ਧੀਆਂ ਨਗਨ ਕਰਕੇ ਸੜਕਾਂ 'ਤੇ ਭਜਾਈਆਂ ਜਾਂਦੀਆਂ। ਤੁਹਾਡੇ ਰਾਜ ਭਾਗ ਦੀ ਤਸਵੀਰ ਵੇਖੀ ਆ, ਹੁਣ ਸਿੱਖਾਂ ਦੇ ਰਾਜ ਭਾਗ ਦੀ ਤਸਵੀਰ ਵੇਖੋ। ਮੈਂ ਬਹੁਤੀ ਪੁਰਾਣੀ ਗੱਲ ਨਹੀਂ ਕਰਨੀ, ਆ ਪਿੱਛੇ ਜੇ ਹੜ ਆਏ, ਹੜ੍ਹ, ਸਰਕਾਰਾਂ ਦੇ ਪਤੀਲੇ ਮੂਧੇ ਵੱਜ ਗਏ, ਸਰਦਾਰਾਂ ਨੇ ਸਰਦਾਰਾਂ ਦੀ ਬਾਂਹ ਫੜੀ, ਦੁਨੀਆ ਮੰਨ ਗਈ ਵੀ ਇਹ ਕੌਮ ਭੁੱਖੀ ਨਹੀਂ ਮਰ ਸਕਦੀ ਕਦੀ। ਕਰੋਨਾ ਕਾਲ ਆਇਆ, ਸੈਂਟਰ ਦੇ ਵੀ ਪਤੀਲੇ ਮੂਧੇ ਵੱਜੇ, ਪੰਜਾਬ ਸਰਕਾਰ ਦੇ ਪਤੀਲੇ ਮੂਧੇ ਵੱਜੇ, ਕਹਿੰਦੇ ਸਾਡੇ ਕੋਲ ਹੈ ਕੱਖ ਨਹੀਂ। ਪਰ ਪੂਰੀ ਦੁਨੀਆ ਨੇ ਕਰੋਨਾ ਦੇ ਵਿੱਚ ਸਿੱਖ ਕੌਮ ਦਾ ਜਾਹੋ ਜਲਾਲ ਵੇਖਿਆ, ਸਿੱਖਾਂ ਨੇ ਪੂਰੀ ਦੁਨੀਆ ਦਾ ਢਿੱਡ ਭਰ ਕੇ ਰੱਖ ਦਿੱਤਾ। ਜਦੋਂ ਕਿ ਅਸੀਂ ਇਸ ਦੇਸ਼ ਅੰਦਰ 2% ਤੋਂ ਵੀ ਘੱਟ ਹਾਂ, ਪਰ 2% ਤੋਂ ਘੱਟ ਹੋ ਕੇ ਅਸੀਂ ਇਸ ਦੇਸ਼ ਦਾ ਢਿੱਡ ਭਰਨ ਦਾ ਮਾਦਾ ਰੱਖਦੇ ਹਾਂ। ਲੋਕਾਂ ਨੇ ਪਹਿਲੀ ਵਾਰੀ ਗੁਰਦੁਆਰਿਆਂ ਵਿੱਚ ਆਕਸੀਜਨ ਦੇ ਸਿਲੰਡਰ ਵੇਖੇ,
ਆ ਦਿੱਲੀ 'ਚ ਗੁਰਦੁਆਰਿਆਂ 'ਚ ਜਦੋਂ ਆਕਸੀਜਨ ਖਤਮ ਹੋ ਗਈ ਨਾ ਹਸਪਤਾਲਾਂ ਦੇ ਵਿੱਚੋਂ ਕਰੋਨਾ ਦੇ ਵਿੱਚ, ਤਾਂ ਦੁਨੀਆ ਹੈਰਾਨ ਹੋਈ ਕਿ ਗੁਰਦੁਆਰਿਆਂ ਵਿੱਚ ਚਾਹ ਦੇ ਲੰਗਰ ਤਾਂ ਲੱਗਦੇ ਵੇਖੇ ਸੀ, ਆ ਸਾਹ ਦੇ ਲੰਗਰ ਪਹਿਲੀ ਵਾਰੀ ਲੱਗੇ ਆ, ਅਤੇ ਸਾਹ ਦੇ ਲੰਗਰ ਦੁਨੀਆ 'ਤੇ ਜੇ ਕੋਈ ਲਾ ਸਕਦਾ ਤਾਂ ਸਿੱਖ ਕੌਮ ਹੀ ਲਾ ਸਕਦੀ ਆ। ਅਸੀਂ ਜੰਮੇ ਰਾਜ ਭਾਗ ਕਰਨ ਵਾਸਤੇ ਹਾਂ, ਐਵੇਂ ਨਾ ਕਹਿ ਦਿਆ ਕਰੋ ਜੀ ਸਿੱਖਾਂ ਨੂੰ ਰਾਜ ਲੈਣਾ ਆਉਂਦਾ ਵਾ, ਸਿੱਖਾਂ ਨੂੰ ਰਾਜ ਕਰਨਾ ਨਹੀਂ ਆਉਂਦਾ। ਗੁਰੂ ਕਿਰਪਾ ਕਰੇ ਜਿੱਦਣ ਸਿੱਖਾਂ ਦਾ ਰਾਜ ਹੋਇਆ, ਇਸ ਦੇਸ਼ ਦੀ ਕੰਗਾਲੀ ਅਤੇ ਗਰੀਬੀ ਨਾ ਕੱਢ ਕੇ ਰੱਖ ਦੇਣਗੇ ਸਰਦਾਰ 'ਤੇ, ਫਿਰ ਰੱਖਿਓ। ਵੱਡੇ ਵੱਡੇ ਨਾਸਤਕ ਦੇਸ਼ ਮੰਨੇ, ਇਟਲੀ ਵਰਗੇ, ਫਰਾਂਸ ਵਰਗੇ, ਜਿਹੜੇ ਕਾਮਰੇਡੀ ਮੁਲਕ ਆ, ਨਾਸਤਕ ਆ, ਉਹ ਕਹਿੰਦੇ ਹਰ ਸ਼ਹਿਰ ਦੇ ਅੰਦਰ, ਹਰ ਟਾਊਨ ਦੇ ਅੰਦਰ ਗੁਰਦੁਆਰਾ ਹੋਣਾ ਜ਼ਰੂਰੀ ਆ। ਜਿੱਥੇ ਗੁਰਦੁਆਰਾ ਹੋਵੇਗਾ ਉੱਥੇ ਲੰਗਰ ਮਿਲੇਗਾ, ਲੋਕ ਭੁੱਖੇ ਨਹੀਂ ਮਰਨਗੇ, ਲੋਕਾਂ ਦਾ ਢਿੱਡ ਸਿੱਖ ਕੌਮ ਭਰ ਸਕਦੀ ਆ। ਤੁਹਾਡੇ ਰਾਜ ਭਾਗ ਵਰਗਾ ਰਾਜ ਭਾਗ ਦੁਨੀਆ 'ਤੇ ਕਿਤੇ ਨਹੀਂ। ਮਹਾਰਾਜਾ ਰਣਜੀਤ ਸਿੰਘ ਨੇ 40 ਸਾਲਾਂ 'ਚ ਇੱਕ ਬੰਦਾ ਫਾਹੇ ਲਾ ਕੇ ਨਹੀਂ ਮਾਰਿਆ, ਇੱਕ ਬੰਦੇ ਨੂੰ ਸਜ਼ਾ ਨਹੀਂ ਦਿੱਤੀ। ਕੁੱਤੇ ਦੇ ਗਲ 'ਚ ਸੋਨੇ ਦਾ ਪਟਾ ਪਾਇਆ ਗਿਆ, ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ, ਕੁੱਤੇ ਦੇ ਗਲ ਸੋਨੇ ਦਾ ਪਟਾ ਪੈਂਦਾ ਹੈ। ਸ਼ੇਰੇ ਪੰਜਾਬ ਨੇ ਇਸ ਕਰਕੇ ਪਾਇਆ ਵੀ ਪਤਾ ਕਰਾਂ ਚੋਰ ਕਿੰਨੇ ਕਿਆ। ਹਫ਼ਤੇ ਬਾਅਦ ਆ ਕੁੱਤਾ ਵੀ ਲੱਭ ਗਿਆ ਅਤੇ ਕੁੱਤੇ ਦੇ ਗਲ ਸੋਨੇ ਦਾ ਪਟਾ ਵੀ ਲੱਭ ਗਿਆ, ਜਾਣੀ ਕਿ ਲੋਕਾਂ ਦੀ ਰੋਟੀ ਪੱਕਦੀ ਸੀ, ਕੁੱਤੇ ਦੇ ਗਲ 'ਚੋਂ ਸੋਨੇ ਦਾ ਪਟਾ ਨਹੀਂ ਸੀ ਕੋਈ ਲਾਉਂਦਾ। ਹੁਣ ਸੋਨੇ ਦਾ ਪਟਾ ਤਾਂ ਬੜੀ ਦੂਰ ਦੀ ਗੱਲ ਹੈ, 250-300 ਦੀ ਸੰਗਲੀ ਪਾ ਕੇ ਅਤੇ ਮੂੰਹ ਕਰ ਲਿਓ ਪਾਸੇ ਨੂੰ, ਜੇ ਕੁੱਤਾ ਨਾ ਗਾਇਬ ਕਰਕੇ ਮਗਰੋਂ ਤੁਹਾਡੇ ਉਹਦੇ ਫੇਰ ਆਖਿਓ। ਹਾਂ ਅਸੀਂ ਤਾਂ ਉੱਥੇ ਰਹਿੰਦੇ ਹਾਂ, ਉਹ ਪੰਜਾਬ 'ਚ ਰਹਿੰਦੇ ਹਾਂ, ਗੁਰਦੁਆਰੇ ਦੇ ਅੰਦਰ ਜਿਹੜੀਆਂ ਟਿਊਟੀਆਂ ਲੱਗੀਆਂ ਹੁੰਦੀਆਂ, ਲੋਕ ਟਿਊਟੀਆਂ ਲਾ ਕੇ ਵੀ ਜੇਬਾਂ ਨੂੰ ਪਾ ਜਾਂਦੇ, ਵਾਟਰ ਕੂਲਰਾਂ ਨੂੰ ਜਿਹੜੇ ਗਲਾਸ ਬੱਝੇ ਹੁੰਦੇ ਆ ਉਹਨਾਂ ਨੂੰ ਸੰਗਲੀ ਬੰਨ੍ਹਣੀ ਪੈਂਦੀ ਆ, ਵੀ ਨਾ ਸੰਗਲੀ ਵੀ ਗਲਾਸ ਹੀ ਜੇਬ 'ਚ ਜਿੰਨੇ ਪਾ ਲਿਆ ਮੁੜ ਕੇ ਗਲਾਸ ਵੀ ਨਹੀਂ ਰੱਖ ਕੇ ਜਾਣਾ। ਆ ਜੋੜੇ ਘਰ ਦੇ ਬਾਹਰ ਬਾਰ ਬਣਿਆ ਵਾ, ਤੁਸੀਂ ਵੇਖਦੇ ਹੋ ਜਿੱਥੇ ਟੋਕਣ ਦਿੰਦੇ ਹੋ, ਜੋੜੇ ਜਮ੍ਹਾਂ ਕਰਾਉਂਦੇ ਹੋ, ਇਮਾਨਦਾਰੀ ਨਹੀਂ ਆ। ਠੀਕ ਹੈ ਜੋੜੇ ਰਲ ਜਾਣ ਇੱਕ ਵੱਖਰੀ ਗੱਲ ਹੈ, ਤਰਤੀਬ 'ਚ ਲਾ ਸਕਦੇ, ਪਰ ਟੋਕਣ ਦਾ ਅਸਲੀ ਮਤਲਬ ਇਹੋ ਹੀ ਆ ਕਿ ਆਪਣਾ ਪਾਇਆ ਸੀ ਅਤੇ ਆਪਣਾ ਹੀ ਪਾ ਕੇ ਜਾਇਓ। ਟੋਕਣ ਦੱਸਦਾ ਵੇ ਅਸੀਂ ਬੇਈਮਾਨ ਆ, ਅਸੀਂ 50 ਰੁਪਈਆਂ ਦੀਆਂ ਚੱਪਲਾਂ ਪਾ ਕੇ ਆਉਣੀਆਂ ਘਰੋਂ, ਅਤੇ ਪਤਾ ਨਹੀਂ ਜਾਣ ਲੱਗਿਆ 1500 ਦੇ ਬੂਟ ਉਡਾ ਕੇ ਤੁਰ ਜਾਣਾ ਘਰ ਨੂੰ ਮੁੜ ਕੇ। ਅਸੀਂ ਉਹ ਦੱਸਦਾ ਵਾ ਵੀ ਅਸੀਂ ਬੇਈਮਾਨੀ ਕਰ ਜਾਂਦੇ ਹਾਂ, ਗੁਰਦੁਆਰੇ ਖਲੋ ਕੇ ਵੀ ਕਰ ਜਾਂਦੇ ਹਾਂ। ਕਦੀ ਤੁਹਾਡੇ ਰਾਜ ਭਾਗ ਅੰਦਰ ਕੁੱਤੇ ਦੇ ਗਲ 'ਚੋਂ ਸੋਨੇ ਦਾ ਪਟਾ ਨਾ ਲੱਥੇ। ਸੋਨੇ ਦਾ ਪਟਾ ਨਹੀਂ ਸੀ ਲੋਕੀ ਲਾਉਂਦੇ, ਅੱਜ ਲੋਕਾਂ ਦੀ ਤਾਂ ਬੜੀ ਦੂਰ ਦੀ ਗੱਲ ਆ। ਆ ਵੱਜੇ ਵੱਡੇ ਲੀਡਰਾਂ ਦੇ ਘਰਾਂ 'ਚ ਤੁਸੀਂ ਜਾ ਕੇ ਵੇਖੋ, ਜਦੋਂ ਇਹ ਬਣੇ ਕੱਖ ਨਹੀਂ ਹੁੰਦੇ ਉਦੋਂ ਟੁੱਟੇ ਸਕੂਟਰ 'ਤੇ ਹੁੰਦੇ ਆ, 5 ਨੂੰ 50 ਦੀ ਗੱਡੀ 'ਤੇ ਘੁੰਮਣ ਡੇ ਹੁੰਦੇ। ਇਹਨਾਂ ਕਿਹੜੇ ਰੁੱਖ ਤੋਂ ਝਾੜੇ ਤੁਹਾਡੀਆਂ ਜੇਬਾਂ 'ਚੋਂ ਕੱਢੇ ਆ ਨਾ, ਤੁਹਾਡੇ ਵਰਤੇ ਆ ਨਾ, ਕਦੀ ਇਹ ਗੱਲ ਸੋਚੀ। ਅੱਜ ਕੱਲ੍ਹ ਦੀ ਲੀਡਰੀ ਹੈਗੀ ਆ ਬਿਜ਼ਨਸਮੈਨ ਬੰਦਿਆਂ ਦਾ ਕੰਮ ਆ। ਤੁਹਾਡੇ 'ਚ ਕੋਈ ਪੰਚ ਬੈਠਾ ਹੋਵੇ, ਬਜ਼ੁਰਗ ਸਰਪੰਚ ਬੈਠਾ ਹੋਵੇ, ਉਹਨੂੰ ਪੁੱਛਿਓ। ਅੱਗੇ ਕੋਈ ਪੰਚ ਸਰਪੰਚ ਬਣਦਾ ਹੁੰਦਾ ਸੀ ਨਾ, ਅਤੇ ਉਹਨੇ ਪਤਾ ਕੀ ਆਖਿਆ ਕਰਨਾ, ਸੇਵਾ ਹੀ ਆ, ਸੇਵਾ ਹੀ ਆ, ਲੈਣਾ ਦੇਣਾ ਕੱਖ ਨਹੀਂ, ਸੇਵਾ ਹੀ ਕਰਨੀ ਆ ਪਿੰਡ ਦੀ 5 ਉਹ ਸੱਚੇ ਸੀ ਬੰਦੇ, ਉਹ ਵਾਕਿਆ ਸੇਵਾ ਹੀ ਹੁੰਦੀ ਸੀ। ਅੱਜ ਸੇਵਾ ਨਹੀਂ ਕੋਈ ਕਰਦਾ। ਹੁਣ ਜਿਹਨੇ ਪੰਚ ਸਰਪੰਚ ਬਣਨ ਵਾਸਤੇ 5-10 ਲੱਖ ਰੁਪਈਏ ਦੀ ਲਾਹਣ ਪਿਆਈ ਹੋਊਗੀ, ਸ਼ਰਾਬ ਪਿਆਈ ਹੋਊਗੀ ਪਿੰਡ 'ਚ, ਅਤੇ ਜੇ 5 'ਚ 5-50 ਨਾ ਕਰੂਗਾ, ਨਹੀਂ ਤਾਂ ਘਰਦਿਆਂ ਨੇ ਜੁੱਲੀ ਬਿਸਤਰਾ ਚੁੱਕ ਕੇ ਵਿਹੜੇ 'ਚ ਮਾਰਨਾ ਵੀ ਚੱਲ ਨਿਕਲ ਜਾ ਘਰੋਂ, ਉਹ ਤਾਂ ਸਾਰੇ ਖਾ ਗਿਆ।
ਅੱਜ ਲੀਡਰੀ ਹੈਗੀ ਆ, ਬਿਜ਼ਨਸ ਕਮਾਓ, 5 ਸਾਲ ਮੌਕਾ ਮਿਲਿਆ, ਇੰਨੇ ਕੁ ਇਕੱਠੇ ਕਰੋ ਵੀ ਮੁੜ ਕੇ 2-3 ਪੀੜ੍ਹੀਆਂ ਰੱਜ ਕੇ ਆਰਾਮ ਨਾਲ ਆਨੰਦ ਲੈਣ। ਸੇਵਾ ਵਾਲੀ ਗੱਲ ਝੂਠੀ ਆ, ਇਹਦੇ ਐਵੇਂ ਕੁਫਰ ਤੋਲੀ ਜਾਂਦੇ ਆ, ਇਹੋ ਜੀ ਸੇਵਾ ਮਿਲੀ ਆ ਤੁਹਾਡੇ ਇਲਾਕੇ ਦੀ ਕਰਾਂਗੇ, ਛੱਡਾਂਗੇ ਕੱਖ ਨਹੀਂ ਹੁਣ ਅਸੀਂ। ਕਦੀ ਉਹ ਰੱਜਿਆ ਪੰਜਾਬ ਲੋਕਾਂ ਨੇ ਵੇਖਿਆ, ਕੁੱਤੇ ਦੇ ਗਲ 'ਚੋਂ ਸੋਨੇ ਦਾ ਪਟਾ ਨਹੀਂ ਲੱਥਦਾ, ਅੱਜ ਸਾਰਾ ਕੁਝ ਹੀ ਲੱਥਦਾ। ਸ਼ੇਰੇ ਪੰਜਾਬ ਤੁਰਿਆ ਜਾਂਦਾ ਸੀ, ਤੁਹਾਡੇ ਵਰਗੇ ਲੋਕ ਉਹਨੂੰ ਮਿਲਣ ਵਾਸਤੇ ਆਏ ਘਰੋਂ, ਕੋਈ ਫੁੱਲ ਲਿਆਇਆ, ਕੋਈ ਗੁਲਦਸਤਾ ਲਿਆਇਆ, ਕੋਈ ਹਾਰ ਲਿਆਇਆ, ਅਤੇ ਸ਼ੇਰੇ ਪੰਜਾਬ ਹਾਥੀ 'ਤੇ ਬੈਠਾ ਸੀ। ਉਹਨੇ ਇੱਕ ਮਾਈ ਦੇ ਹੱਥ ਵਿੱਚ ਲੋਹੇ ਦਾ ਤਵਾ ਵੇਖਿਆ, ਰੋਟੀਆਂ ਪਕਾਉਣ ਵਾਲਾ। ਪਹਿਰੇਦਾਰ ਨੂੰ ਕਹਿੰਦਾ ਮਾਈ ਨੂੰ ਸੱਦ ਕੇ ਲਿਆ। ਮਾਈ ਆ ਗਈ, ਮਾਈ ਵੱਲ ਵੇਖ ਕੇ ਸ਼ੇਰੇ ਪੰਜਾਬ ਕਹਿੰਦਾ ਮਾਤਾ, ਕੋਈ ਫੁੱਲ ਲਿਆਇਆ, ਕੋਈ ਪੈਸੇ ਲਿਆਇਆ, ਕੋਈ ਕੁਝ ਲਿਆਇਆ, ਕੋਈ ਕੁਝ ਲਿਆਇਆ, ਤੈਨੂੰ ਰੋਟੀਆਂ ਵਾਲਾ ਤਵਾ ਹੀ ਲੱਭਾ, ਆਹ ਕੀ ਲੈ ਕੇ ਆਈ ਆ ਮੇਰੇ ਵਾਸਤੇ? ਹੁਣ ਮਾਈ ਕੀ ਕਹਿੰਦੀ ਆ? ਮੈਂ ਸ਼ੇਰੇ ਪੰਜਾਬ ਦੇ ਰਾਜ ਭਾਗ ਦੀ ਗੱਲ ਕਰਨ ਲੱਗਾ। ਹੁਣ ਮਾਈ ਕੀ ਕਹਿੰਦੀ ਆ? ਮਾਈ ਕਹਿੰਦੀ ਸ਼ੇਰੇ ਪੰਜਾਬ ਘਰ 'ਚ ਗਰੀਬੀ ਬੜੀ ਆ, 2 ਵਕਤ ਦਾ ਪ੍ਰਸ਼ਾਦਾ ਨਹੀਂ ਹੈਗਾ, ਬੱਚੇ ਭੁੱਖੇ ਮਰਦੇ ਆ, ਅਤੇ ਮੈਨੂੰ ਕਿਸੇ ਨੇ ਦੱਸਿਆ ਵਾ ਕਿ ਘਰ 'ਚੋਂ ਕੋਈ ਲੋਹੇ ਦੀ ਚੀਜ਼ ਲੈ ਜਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਲਾ ਦੀ, ਉਹ ਸੋਨੇ ਦੀ ਹੋ ਜਾਂਦੀ ਆ। ਕੀਤਾ ਦੇ ਕਿਸੇ ਨੇ ਮਖੌਲ। ਵੇਖੋ ਜਿਨ੍ਹਾਂ ਦੀ ਜੇਬ 'ਚ ਪੈਸੇ ਹੋਣ, ਟੀਚਰਾਂ ਵੀ ਉਹਨਾਂ ਨੂੰ ਹੀ ਆਉਂਦੀਆਂ ਵਾ, ਜਿਨ੍ਹਾਂ ਦੇ ਪੱਲੇ ਕੱਖ ਨਾ ਹੋਵੇ ਟੀਚਰਾਂ, ਉਹਨਾਂ ਨੇ ਕਿਸੇ ਨੂੰ ਕੀ ਕਰਨੀਆਂ? ਰੁਪਈਆ ਇੱਕ ਇੱਦਾਂ ਦੀ ਚੀਜ਼ ਆ, ਪੈਸਾ ਇੱਕ ਇੱਦਾਂ ਦੀ ਚੀਜ਼ ਆ, ਵੱਡੇ ਵੱਡੇ ਗੂੰਗਿਆਂ ਨੂੰ ਜ਼ਬਾਨ ਲੱਗ ਜਾਂਦੀ ਆ, ਅਤੇ ਜਿਹਦੀ ਜੇਬ 'ਚ ਨਾ ਹੋਵੇ ਤਾਂ ਵੱਡੇ ਵੱਡੀਆਂ ਗੱਲਾਂ ਕਰਨ ਵਾਲੇ ਗੂੰਗੇ ਹੋ ਜਾਂਦੇ ਆ। ਸਿਆਣੇ ਪਤਾ ਕੀ ਕਹਿੰਦੇ ਆ? ਉਹ ਕਹਿੰਦੇ ਮਾਇਆ ਤੇਰੇ 3 ਨਾਮ, ਪਰਸੂ ਪਰਸਾ ਪਰਸ ਰਾਮ। ਪੈਸੇ ਨੂੰ ਪੈਸਾ ਹੀ ਬੋਲਦਾ ਹਰ ਪਾਸੇ। ਬੰਦੇ ਦਾ ਨਾਂ ਰੱਖਿਆ ਗਿਆ ਪਰਸ ਰਾਮ, ਦਿਹਾੜੀ ਕਰਦਾ ਸੀ, ਅਤੇ ਲੋਕ ਉਹਦੇ ਬੂਹੇ 'ਚ ਜਾ ਕੇ ਪਤਾ ਕੀ ਉਹਨੂੰ ਕਹਿੰਦੇ? ਗਰੀਬ ਹੋਵੇ ਜਿਹੜਾ ਬੰਦਾ, ਉਹ ਪਰਸੂ ਬਾਹਰ ਨਿਕਲ, ਬੰਦਾ ਉਹ ਹੀ ਆ, ਉਹ ਪਰਸੂ ਪਿੰਡ ਵਾਸਤੇ। ਅਤੇ ਜੇ ਪਰਸੂ ਦੀ ਮਾੜੀ ਮੋਟੀ ਰੋਟੀ ਪੱਕਣ ਲੱਗ ਪਵੇ, ਚੰਗੀ ਜਗ੍ਹਾ 'ਤੇ ਆਮਦਨ ਹੋਣ ਲੱਗ ਪਏ, ਅਤੇ ਫਿਰ ਲੋਕ ਥੋੜ੍ਹਾ ਜਿਹਾ ਸਟੈਂਡਰਡ ਚੁੱਕ ਦਿੰਦੇ ਆ। ਪਰਸੂ ਤੋਂ ਕਹਿੰਦੇ ਪਰਸਾ ਕਿੱਥੇ ਗਿਆ, ਪਰਸੂ ਤੋਂ ਪਰਸਾ ਹੋ ਗਿਆ। ਅਤੇ ਜੇ ਉਹੋ ਹੀ ਪਰਸੂ ਬਣ ਜੇ ਸਰਪੰਚ, MLA, MP, ਬੰਦਾ ਉਹੋ ਹੀ ਸੀ, ਅਤੇ ਉਹਦੇ ਬੂਹੇ ਲਾਗੇ ਲੋਕ ਕਹਿਣਗੇ ਪਰਸਰਾਮ ਜੀ ਕੀ ਹਾਲ ਚਾਲ ਆ ਤੁਹਾਡਾ, ਪੈਸਾ ਬੋਲਦਾ ਬੰਦਾ ਨਹੀਂ ਬੋਲਦਾ। ਜਿਉਂ ਜਿਉਂ ਸਟੈਂਡਰਡ ਵੱਧਦਾ ਜਾਊਗਾ, ਲੋਕਾਂ ਦੇ ਹੱਥ ਜੁੜਦੇ ਜਾਣਗੇ, ਮਾਇਆ ਤੇਰੇ 3 ਨਾਮ, ਪਰਸੂ ਪਰਸਾ ਪਰਸਰਾਮ। ਹੁਣ ਮਾਈ ਕਹਿੰਦੀ ਆ ਸ਼ੇਰੇ ਪੰਜਾਬ, ਆ ਰੋਟੀਆਂ ਵਾਲਾ ਤਵਾ ਲੱਭਾ, ਮੈਂ ਤੇਰੇ ਨਾਲ ਲਾਉਣਾ ਵਾ, ਇਹ ਸੋਨੇ ਦਾ ਹੋ ਜਾਵੇ, ਮੇਰੀ ਗਰੀਬੀ ਕੱਟੀ ਜਾਊ। ਹੁਣ ਬਾਦਸ਼ਾਹ ਹੋਵੇ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ, ਉਹਨੇ ਰੋਟੀਆਂ ਵਾਲਾ ਤਵਾ ਫੜ ਲਿਆ, ਆਪਣੇ ਸਾਰੇ ਪਿੰਡੇ 'ਤੇ ਮਲਿਆ, ਅਤੇ ਮਲਣ ਤੋਂ ਬਾਅਦ ਆ ਕੋਲ ਖਲੋਤੇ ਸਿਪਾਹੀ ਨੂੰ ਕਹਿੰਦਾ ਵੀ ਤਵੇ ਦਾ ਵਜ਼ਨ ਕਰ ਲਾ। ਜਿੰਨਾ ਵਜ਼ਨ ਹੋਇਆ ਉਹਨਾਂ ਸੋਨਾ ਜੋਖ ਕੇ ਮਾਈ ਦੀ ਝੋਲੀ ਦੇ ਵਿੱਚ ਪਾ ਦੇਣਾ ਵਾ, ਆਈ ਆ ਅਤੇ ਨਿਰਾਸ਼ ਨਹੀਂ ਕਰਨੀ, ਫਿਰ ਵੀ ਆਸ ਲੈ ਕੇ ਆਈ ਆ, ਤਵਾ ਰੱਖ ਲਾ ਅਤੇ ਸੋਨੇ ਦੇ ਨਾਲੇ ਦੀ ਝੋਲੀ ਭਰ ਦੇ। ਆਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ। ਸ਼ੇਰੇ ਪੰਜਾਬ ਤੁਰਿਆ ਜਾਵੇ, ਅੱਖ ਦੇ ਉੱਤੇ ਇੱਕ ਵੱਟਾ ਵੱਜਾ, ਵੱਟਾ
ਮੈਂ ਪਹਿਲਾਂ ਉਹਦੀਆਂ ਸਿਫਤਾਂ ਕਰ ਲਈਏ, ਆਪਾਂ ਕਿਹੜੇ ਪੰਜਾਬ 'ਚ ਰਹਿੰਦੇ ਹੁੰਦੇ ਸਾਂ। ਇੱਕ ਵੱਟਾ ਵੱਜਾ ਸ਼ੇਰੇ ਪੰਜਾਬ ਦੇ ਭਰਵੱਟੇ ਉੱਤੇ ਅਤੇ ਖੂਨ ਵਗਿਆ, ਰੌਲਾ ਪੈ ਗਿਆ, ਕਿੰਨੇ ਮਾਰਿਆ, ਬੇਰੀ ਦੇ ਥੱਲੇ ਨਿਆਣੇ ਖਲੋਤੇ ਸੀ, ਨਿਆਣੇ ਫੜ ਲਿਆਂਦੇ, ਤੁਸੀਂ ਵੱਟਾ ਕਿਉਂ ਮਾਰਿਆ? ਬੱਚਿਆਂ ਨੇ ਰੋ ਕੇ ਆਖਿਆ ਜੀ ਭੁੱਖ ਲੱਗੀ ਆ, ਬੇਰੀ ਬੇਰ ਦਿੰਦੀ ਆ, ਇਸ ਕਰਕੇ ਵੱਟੇ ਮਾਰਦੇ ਹਾਂ। ਸ਼ੇਰੇ ਪੰਜਾਬ ਆਪਣੇ ਅਹਿਲਕਾਰਾਂ ਨੂੰ ਕਹਿੰਦੇ ਇਹਨਾਂ ਦੀਆਂ ਜੇਬਾਂ ਮੋਹਰਾਂ ਦੇ ਨਾਲ ਭਰ ਦਿਓ। ਅਹਿਲਕਾਰ ਕਹਿੰਦੇ ਇਹ ਕਿੱਦਾਂ, ਅਤੇ ਸ਼ੇਰੇ ਪੰਜਾਬ ਕਹਿੰਦਾ ਇੱਕ ਬੇਜਾਨ ਬੇਰੀ ਵੱਟੇ ਖਾ ਕੇ ਬੇਰ ਦੇ ਸਕਦੀ ਆ, ਅਤੇ ਵੱਟਾ ਵੱਜੇ ਪੰਜਾਬ ਦੇ ਮਹਾਰਾਜੇ ਨੂੰ, ਅਤੇ ਪੰਜਾਬ ਦਾ ਮਹਾਰਾਜਾ ਕੁਝ ਵੀ ਨਾ ਦੇਵੇ, ਇਹਨਾਂ ਬੱਚਿਆਂ ਦੀਆਂ ਜੇਬਾਂ ਮੋਹਰਾਂ ਨਾ ਭਰ ਦਿਓ, ਖੁਸ਼ ਖੁਸ਼ ਕਰਕੇ ਘਰਾਂ ਨੂੰ ਤੋਰੋ। ਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪਾਕ। ਜਦਣ ਸ਼ੇਰੇ ਪੰਜਾਬ ਨੇ ਦਰਬਾਰ ਸਾਹਿਬ ਸੋਨੇ ਦੀ ਸੇਵਾ ਕਰਵਾਈ ਨਾ, ਜਿਹੜਾ ਹੁਣ ਤੁਸੀਂ ਸੋਨਾ ਲੱਗਾ ਵੇਖਦੇ ਜੇ, ਕੰਧਾਂ ਨੂੰ ਸੋਨਾ ਲੱਗ ਗਿਆ, ਅਤੇ ਇੱਕ ਆਖਰੀ ਪੱਤਰਾ ਲੱਗਣਾ ਸੀ ਜਿਹਦੇ 'ਤੇ ਨਾਂ ਲਿਖਿਆ ਜਾਣਾ ਸੀ, ਮਿਸਤਰੀ ਆ ਗਿਆ ਪੱਤਰਾ ਬਣਾ ਕੇ, ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਲਵਾਇਆ। ਸ਼ੇਰੇ ਪੰਜਾਬ ਕਹਿੰਦਾ ਨਹੀਂ, ਇਹ ਵੀ ਨਹੀਂ ਲਾਉਣਾ। ਜਿੰਨੇ ਪੱਤਰੇ ਆਏ ਸ਼ੇਰੇ ਪੰਜਾਬ ਦੇ ਨਾਂ ਦੇ ਵਾਲੇ ਆਏ, ਅਤੇ ਸ਼ੇਰੇ ਪੰਜਾਬ ਨੇ ਸਾਰਿਆਂ ਨੂੰ ਨਾਂ ਕਰਕੇ ਆਖਿਆ ਘਰ ਹੋਵੇ ਗੁਰੂ ਰਾਮਦਾਸ ਦਾ, ਅਤੇ ਮੇਰਾ ਨਾਂ ਉੱਤੇ ਲਿਖਿਆ ਜਾਵੇ। ਮੇਰਾ ਨਾਂ ਅੱਜ ਹੈਗਾ ਵਾ, ਕੱਲ੍ਹ ਨਹੀਂ ਹੋਣਾ, ਨਾਂ ਉਹਦਾ ਉੱਤੇ ਲਿਖੋ ਜਿਹਦਾ ਨਾਂ ਸਦੀਆਂ ਤੱਕ ਰਹਿਣਾ ਵਾ, ਅਤੇ ਸਦੀਆਂ ਤੱਕ ਨਾਂ ਰਹਿਣਾ ਵਾ ਗੁਰੂ ਰਾਮਦਾਸ ਮਹਾਰਾਜ ਦਾ। ਆ ਵਾ ਸ਼ੇਰੇ ਪੰਜਾਬ ਸੋਨੇ ਦੀ ਸੇਵਾ ਕਰਾ ਕੇ ਵੀ ਨਾਂ ਥੱਲੇ ਲਿਖਾਉਂਦਾ ਵਾ। ਹੁਣ ਮਾਰ ਗਏ ਹਾਂ ਆਪਣੇ ਵੱਲ ਝਾਤੀ, ਜੇ ਲੈਣ ਦਾ ਪੱਖਾ ਗੁਰਦੁਆਰੇ, ਅਤੇ ਤਿੰਨਾਂ ਪਰਾਂ ਦੇ ਉੱਤੇ ਪਹਿਲਾਂ ਸਾਰੇ ਟੱਬਰ ਦੇ ਨਾਂ ਲਿਖ ਕੇ ਲਿਆਉਣੇ ਆ, ਕਿਲੋ ਪੇਂਟ ਬਾਹਰੋਂ ਮਲ ਕੇ ਲਿਆਉਣਾ ਵੀ ਹਵਾ ਇਹਦੀ ਆਵੇ ਹੀ ਨਾ ਕਿਸੇ ਨੂੰ, ਬਸ ਲੋਕ ਬੈਠੇ ਵੇਖਣ ਵਾਹ ਫਲਾਣਿਆਂ ਨੇ ਪੱਖਾ ਚੜਾਇਆ। ਜੇ ਵਾਟਰ ਕੂਲਰ ਲੈਣ ਦਾ ਤਦ ਸਾਰੇ ਟੱਬਰ ਦੇ ਨਾਂ ਲਿਖਾਉਣੇ ਆ, ਜੇ ਕੌਲੀਆਂ ਚੁੰਮਚੇ ਗੁਰਦੁਆਰੇ ਚੜ੍ਹਾ ਦਿੱਤੇ ਆ, ਤਦ ਸਾਰੇ ਟੱਬਰ ਦਾ ਨਾਂ ਲਿਖਾ ਕੇ ਲਿਆਉਣਾ ਵੀ ਪਤਾ ਲੱਗੇ ਵੀ ਸਾਡੇ ਟੱਬਰ ਨੇ ਸੇਵਾ ਕੀਤੀ ਆ। ਇਹ ਸੇਵਾ ਨਹੀਂ, ਇਹਦੇ ਵਿਖਾਵਾ ਇਹ ਜਿੰਨਾ ਮਰਜ਼ੀ ਕੋਈ ਕਰੀ ਜਾਵੇ। ਸੇਵਾ ਕੀਤੀ ਸ਼ੇਰੇ ਪੰਜਾਬ ਨੇ, ਉਹ ਸੋਨਾ ਲਵਾ ਕੇ ਵੀ ਕਹਿੰਦਾ ਏ ਕਿ ਨਾਂ ਗੁਰੂ ਰਾਮਦਾਸ ਦਾ ਉੱਤੇ ਹੋਣਾ ਚਾਹੀਦਾ ਏ, ਮੇਰੇ ਨਾਂ ਦੀ ਕਿਹੜੀ ਗੱਲ, ਮੇਰਾ ਨਾਂ ਥੱਲੇ ਰਹਿਣਾ ਚਾਹੀਦਾ। ਸ਼ੇਰੇ ਪੰਜਾਬ ਵਰਗਾ ਰਾਜ ਭਾਗ ਦੁਨੀਆਂ 'ਤੇ ਨਹੀਂ। ਹੁਣ ਅਗਲੀ ਗੱਲ, ਸ਼ੇਰੇ ਪੰਜਾਬ ਦੇ ਰਾਜ ਭਾਗ ਅੰਦਰ ਜਦੋਂ ਪੜ੍ਹੀਏ ਤਾਂ ਸਾਨੂੰ ਇਹ ਗੱਲ ਲੱਭ ਜਾਂਦੀ ਆ, ਪੂਰੇ ਯੂਰਪ ਦੇ ਵਿੱਚੋਂ 160 ਬੰਦੇ ਨੌਕਰੀ ਕਰਨ ਪੰਜਾਬ ਆਏ, ਯੂਰਪ ਦੇ ਵਿੱਚੋਂ, ਇਟਲੀ 'ਚੋਂ, ਫਰਾਂਸ 'ਚੋਂ, ਹਾਲੈਂਡ, ਬੈਲਜੀਅਮ ਦੇ ਵਿੱਚੋਂ, ਇੰਗਲੈਂਡ ਵਿੱਚੋਂ 150 ਤੋਂ ਵੱਧ ਬੰਦੇ ਆਏ, ਅਤੇ ਸ਼ੇਰੇ ਪੰਜਾਬ ਨੂੰ ਆ ਕੇ ਕਹਿੰਦੇ ਅਸੀਂ ਨੌਕਰੀ ਦੇਣੀ ਆ, ਦੇ ਦਿਓ, ਅਸੀਂ ਨੌਕਰੀ ਕਰਕੇ ਚਲੇ ਜਾਣਾ। ਅਤੇ ਸ਼ੇਰੇ ਪੰਜਾਬ ਸਿਰਫ ਦੋ ਸ਼ਰਤਾਂ ਰੱਖਦਾ ਸੀ, ਤੰਬਾਕੂ ਨਹੀਂ ਪੀਣਾ, ਅੱਜ ਤੋਂ ਬਾਅਦ ਕੇਸ ਕਤਲ ਨਹੀਂ ਕਰਨੇ। ਪਹਿਲੀ ਮੰਗ ਸੀ ਉਹਦੀ ਵੀ ਤੰਬਾਕੂ ਨਹੀਂ ਖਾਣਾ, ਕੇਸ ਨਹੀਂ ਕਤਲ ਕਰਨੇ, ਅਤੇ ਨੌਕਰੀ ਦਿੱਤੀ ਜਾਊਗੀ। ਇਹਦਾ ਮਤਲਬ ਸਾਡੀ ਰੋਟੀ ਉਹਨਾਂ ਦਿਨਾਂ 'ਚ ਯੂਰਪ ਦੇ ਬਰਾਬਰ ਪੱਕਦੀ ਹੋਊਗੀ, ਅਤੇ ਯੂਰਪ ਵਾਲੇ ਇੱਥੇ ਆ ਕੇ ਕੰਮ ਕਰਦੇ ਸੀ ਨਾ। ਅਤੇ ਅੱਜ ਕੀ ਆ, ਅੱਜ ਜਹਾਜ਼ਾਂ ਦੇ ਜਹਾਜ਼ ਭਰ ਕੇ ਅਸੀਂ ਬਾਹਰ ਨੂੰ ਚਲੇ ਗਏ। ਠੀਕ ਹੈ, ਜਿਹਦੀ ਰੋਟੀ ਨਾ ਪੱਕੇ, ਔਖਾ ਸੌਖਾ ਟਾਈਮ ਆ, ਉਹ ਤਾਂ ਬੰਦਾ ਜਾਵੇ, ਪਰ ਮੈਂ ਬਾਹਰ ਜਾਣ ਵਾਲਿਆਂ ਨੂੰ ਇੱਕ ਬੇਨਤੀ ਕਰਾਂਗਾ, ਜਾਓ ਕੰਮ ਕਰੋ, ਪਰ ਕਰੋ ਫੌਜੀਆਂ ਵਾਂਗੂ, ਇਸ ਮਿੱਟੀ ਦੇ ਨਾਲੋਂ ਮੋਹ ਨਾ ਤੋੜੋ। ਜਿਸ ਦਿਨ ਇਹਦੇ ਨਾਲ ਟੁੱਟ ਗਏ, ਉਸ ਦਿਨ ਜ਼ੀਰੋ ਹੋ ਜਾਣਾ ਤੁਸੀਂ। ਅਗਲੀ ਗੱਲ,
ਆਪਣੀਆਂ ਜ਼ਮੀਨਾਂ ਵੇਚ ਕੇ ਨਾ ਕਦੀ ਵੀ ਜਾਇਓ। ਇਹ ਜ਼ਮੀਨਾਂ ਲੱਖੀ ਨਾ ਝਾਰੀ ਮੁੜ ਕੇ ਨਹੀਂ ਜੇ ਮਿਲਦੀਆਂ। ਯੂਪੀ ਬਿਹਾਰ ਚੜਿਆ ਆਉਂਦਾ ਤੁਹਾਡੇ ਮੋਢਿਆਂ ਦੇ ਉੱਤੇ, ਖੇਡ ਪੰਜਾਂ ਸੱਤਾਂ ਸਾਲਾਂ ਦੀ ਆ, ਇੱਕ ਪਲਟਾ ਵੱਜਣਾ ਤੁਹਾਡੇ ਵਾਸਤੇ। ਆ ਵੱਡੇ ਵੱਡੇ ਹਾਈਵੇ ਨਿਕਲਣ ਡਿਆ ਨਾ ਪੰਜਾਬ ਦੇ ਵਿੱਚ, ਇਹ ਕਾਹਦੇ ਲਈ ਨਿਕਲਣ ਡਿਆ? ਇੱਕ ਬੰਨੇ ਕਹਿੰਦੇ ਪੰਜਾਬ 'ਚ ਹੈ ਕੱਖ ਨਹੀਂ, ਆ ਵੱਡੇ ਵੱਡੇ ਹਾਈਵੇ ਇਸੇ ਕਰਕੇ ਨਿਕਲਦੇ ਆ। ਪੂਰੀ ਦੁਨੀਆ ਦਾ ਵਪਾਰ ਇਸ ਪੰਜਾਬ ਦੀ ਧਰਤੀ 'ਤੇ ਹੋਣਾ ਵਾ, ਹੱਬ ਬਣਨਾ ਪੰਜਾਬ ਨੇ। ਤੇਲ ਦੀ ਲੜਾਈ ਖਤਮ ਹੋ ਗਈ ਆ, ਅੱਗੇ ਅਮਰੀਕਾ ਜਦੋਂ ਮਰਜ਼ੀ ਜਹਾਜ਼ ਚੁੱਕੇ ਕਦੇ ਕੁਵੈਤ ਨਾਲ ਲੜ ਪਿਆ, ਕਦੇ ਦੁਬਈ ਨਾਲ ਲੜ ਪਿਆ, ਕਦੇ ਇਰਾਕ ਨਾਲ ਲੜ ਪਿਆ, ਵੀ ਤੇਲ ਲੋਕਾਂ ਨੂੰ ਚਾਹੀਦਾ। ਹੁਣ ਅਗਲੀ ਲੜਾਈ ਤੇਲ ਦੀ ਨਹੀਂ ਹੋਣੀ, ਤੇਲ ਵਾਲੀਆਂ ਗੱਡੀਆਂ ਬੰਦ ਨੇ। ਆ ਬੈਠੇ ਆ ਵੀਰ ਇਲੈਕਟ੍ਰੋਨਿਕ ਗੱਡੀਆਂ ਨੇ ਥਾਂ ਲੈ ਲਈ ਆ। ਐਲਨ ਮਸਕ ਨੇ ਐਲਾਨ ਕਰ ਦਿੱਤਾ ਵਾ 2030 ਦੇ ਵਿੱਚ ਮੈਂ ਪੂਰੀ ਦੁਨੀਆ 'ਚੋਂ ਡੀਜ਼ਲ ਪੈਟਰੋਲ ਦੀ ਗੱਡੀ ਖਤਮ ਕਰ ਦੇਣੀ, ਮੇਰਾ ਕੋਸ਼ਿਸ਼ ਆ, ਗੱਡੀਆਂ ਇਲੈਕਟ੍ਰੋਨਿਕ ਚੱਲਣਗੀਆਂ। ਅਤੇ ਜਦੋਂ ਤੇਲ ਦੀ ਲੜਾਈ ਖਤਮ ਹੋ ਗਈ, ਅਗਲੀ ਲੜਾਈ ਹੋਣੀ ਆ ਵੀ ਧਰਤੀ ਕਿਹੜੀ ਉਪਜਾਊ ਆ। ਅਤੇ ਪੂਰੀ ਦੁਨੀਆ ਵਿੱਚ ਦੋ ਥਾਵਾਂ ਵਾਂ, ਇੱਕ ਅਰਜਨਟੀਨਾ ਦਾ ਪੰਪਾਸ ਅਤੇ ਇੱਕ ਤੁਹਾਡਾ ਪੰਜਾਬ। ਇਸ ਵਕਤ ਪੂਰੇ ਵਿਸ਼ਵ ਦੇ ਕਾਰਪੋਰੇਟ ਘਰਾਣਿਆਂ ਦਾ ਧਿਆਨ ਇੱਥੇ ਲੱਗਾ ਵਾ ਵੀ ਆਹ ਜਗ੍ਹਾ ਸਾਨੂੰ ਚਾਹੀਦੀ ਆ, ਅਤੇ ਤੁਹਾਨੂੰ ਡਾਲਰ ਪਾਉਂਡਾਂ ਦਾ ਲਾਲਚ ਦੇ ਕੇ ਜਹਾਜ਼ੇ ਚਾੜ ਦਿਓ, ਅਤੇ ਜਾਂ ਚਿੱਟਾ ਪਿਆ ਪਿਆ ਕੇ ਇੱਥੇ ਹੀ ਮਾਰ ਦਿਓ। ਦੋ ਪੀੜ੍ਹੀਆਂ ਵਹਿੰਦਿਆਂ ਵਹਿੰਦਿਆਂ ਤੁਹਾਡੀਆਂ ਖਤਮ ਕਰ ਦਿੱਤੀਆਂ, ਜ਼ਮੀਨਾਂ ਜਾਇਦਾਦਾਂ ਵੇਚ ਕੇ ਤੁਸੀਂ ਬਾਹਰ ਚਲੇ ਜਾਣਾ, ਅਤੇ ਜਦੋਂ ਇੱਥੇ ਵਪਾਰ ਦੀ ਹੱਬ ਬਣਨੀ, ਤੁਹਾਡੇ ਕੋਲ ਮਰਲਾ ਥਾਂ ਨਹੀਂ ਹੋਣੀ ਅਗਲੇ ਬੰਨੇ। ਇਸ ਕਰਕੇ ਜਿਹੜੇ ਬੰਦੇ ਉੱਥੇ ਕੰਮ ਕਰਦੇ ਆ, ਕੋਸ਼ਿਸ਼ ਕਰੋ ਇੱਥੇ ਪੈਲੀਆਂ ਲਓ, ਇੱਥੇ ਜ਼ਮੀਨਾਂ ਲਓ। ਔਖੇ ਸੌਖੇ ਟਾਈਮ 'ਤੇ ਤੁਹਾਡੇ ਕੋਲ ਤੁਹਾਡਾ ਤਾਂ ਕੁਝ ਹੋਵੇ, ਅਗਲੇ ਤਾਂ ਨੱਪਦੇ ਤੁਰੇ ਆਉਂਦੇ ਆ ਤੁਹਾਨੂੰ। ਮੈਂ ਗੱਲ ਕਰ ਰਿਹਾ ਸਾਂ ਸ਼ੇਰੇ ਪੰਜਾਬ ਦੇ ਰਾਜ ਭਾਗ ਦੀ, ਜਿਹਦੇ ਰਾਜ ਭਾਗ ਅੰਦਰ ਯੂਰਪੀਅਨ ਵੀ ਆ ਕੇ ਉਹਨੂੰ ਸਲਾਮਾਂ ਕਰਦੇ ਹੁੰਦੇ ਸੀ, ਯੂਰਪੀਅਨ ਬੰਦੇ ਵੀ ਉਹਦੇ ਕੋਲੋਂ ਕੰਮ ਮੰਗਿਆ ਕਰਦੇ ਸੀ। ਵਕਤ ਚੱਲਿਆ, ਸ਼ੇਰੇ ਪੰਜਾਬ ਨੇ ਉਹ ਕੀਤਾ ਜਿਹੜਾ ਇਸ ਭਾਰਤ ਦੇ ਲੋਕਾਂ ਨੇ ਕਦੀ ਨਹੀਂ ਸੀ ਕੀਤਾ। ਅਫਗਾਨਿਸਤਾਨ ਜਿੱਥੋਂ ਸ਼ੁਰੂ ਹੁੰਦਾ ਵਾ ਪਸ਼ਾਵਰ, ਉੱਥੇ ਇੱਕ ਰਸਤਾ ਪੈਂਦਾ ਵਾ, ਉਹਨੂੰ ਦਰਾਏ ਖੈਬਰ ਕਹਿੰਦੇ ਆ। ਭਾਰਤ ਨੂੰ ਲੁੱਟਣ ਵਾਲੇ ਜਿੰਨੇ ਬੰਦੇ ਆ ਉਹ ਦਰਾ ਖੈਬਰ ਦੇ ਵਿੱਚੋਂ ਆਏ, ਉਹਨਾਂ ਨੇ ਭਾਰਤ ਦੇ ਮੰਦਿਰ ਢਾਏ ਅਤੇ ਭਾਰਤ ਦੀਆਂ ਲੜਕੀਆਂ ਉਸੇ ਦਰਾ ਖੈਬਰ ਦੇ ਵਿੱਚੋਂ ਖੜ ਕੇ ਗਜ਼ਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਦੇ ਵੇਚੀਆਂ। ਇੱਕੋ ਇੱਕ ਮਾਂ ਨੇ ਪੁੱਤ ਪੈਦਾ ਕੀਤਾ ਦੁਨੀਆ ਉੱਤੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹਨੇ ਹਿੱਕ ਦੇ ਜ਼ੋਰ ਦੇ ਨਾਲ ਦਰਾ ਖੈਬਰ ਸਦਾ ਲਈ ਬੰਦ ਕਰਕੇ ਰੱਖ ਦਿੱਤਾ, ਅਤੇ ਉਹਦਾ ਬੰਦ ਕੀਤਾ ਅੱਜ ਤੱਕ ਮੁੜ ਕੇ ਖੋਲ ਨਹੀਂ ਕੁ ਸਕਿਆ। ਸ਼ੇਰੇ ਪੰਜਾਬ ਦੀਆਂ ਗੱਲਾਂ ਕੌਣ ਕਰੂਗਾ? ਇਹ ਲੀਡਰ ਜਿਹੜੇ ਤੁਹਾਨੂੰ ਆ ਕੇ ਕਹਿੰਦੇ ਸਾਨੂੰ ਜਿਤਾ ਦਿਓ, ਸ਼ੇਰੇ ਪੰਜਾਬ ਵਰਗਾ ਰਾਜ ਭਾਗ ਦਿਆਂਗੇ, ਉਹਦੇ ਪੈਰ ਦੀ ਜੁੱਤੀ ਵਰਗੇ ਨਹੀਂ ਬਣ ਸਕਦੇ। ਕਾਮਿਆਂ ਦੇ ਤੁਹਾਡੇ ਘਰਾਂ 'ਚ ਆ ਕੇ ਰੋਟੀਆਂ ਵੀ ਖਾ ਜਾਂਦੇ ਆ, ਚੋਣਾਂ ਆਉਣਗੀਆਂ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਵੀ ਬੁਲਾਉਣਗੇ ਖਲੋ ਖਲੋ ਕੇ। ਚੋਣਾਂ ਦੇ ਦਿਨਾਂ 'ਚ ਤਾਂ ਭਾਵੇਂ ਇਹਨਾਂ ਕੋਲੋਂ ਨਾਲੀਆਂ ਗਲੀਆਂ ਦਾ ਕੂੜਾ ਸਾਫ਼ ਕਰਾ ਲਓ, ਇਹਨਾਂ ਉਹ ਵੀ ਕਰ ਜਾਣਾ ਤੁਹਾਡਾ ਆ ਕੇ, ਕੰਮ ਆ ਨਾ, ਕੰਮ ਆ। ਪਰ ਸ਼ੇਰੇ ਪੰਜਾਬ ਵਰਗਾ ਲੀਡਰ ਕੋਈ ਨਹੀਂ। ਹਾਜ਼ਰ ਜਵਾਬੀ ਵੇਖੋ, ਹੁਣ ਹਾਜ਼ਰ ਜਵਾਬੀ ਦੀ ਸੁਣੋ। ਸ਼ੇਰੇ ਪੰਜਾਬ ਦੇ ਡੌਲੇ ਦੇ ਉੱਤੇ ਇੱਕ ਹੀਰਾ ਬੱਜਾ ਸੀ ਜਿਹਨੂੰ ਕਹਿੰਦੇ ਆ ਕੋਹੇ ਨੂਰ, ਦੁਨੀਆ ਦਾ ਸਭ ਤੋਂ ਮਹਿੰਗਾ ਹੀਰਾ, ਜਿਹੜਾ ਇਸ ਵਕਤ ਇੰਗਲੈਂਡ ਦੀ ਮਹਾਰਾਣੀ ਦੇ ਤਾਜ ਵਿੱਚ ਆ। ਕਦੀ ਤੁਸੀਂ ਉਹ ਦਿਨ ਵੇਖੇ ਆ? ਅਸੀਂ ਐਵੇਂ ਲੋਕਾਂ ਨੂੰ ਕਹੀ ਜਾਂਦੇ ਵੀ ਸਾਨੂੰ ਰਾਜ ਕਰਨਾ ਨਹੀਂ ਆਉਂਦਾ, ਸਾਡੇ ਵਰਗਾ ਰਾਜ ਕਰੂਗਾ ਕਿਹੜਾ? ਸ਼ੇਰੇ ਪੰਜਾਬ ਨੇ ਕੋਹੇ ਨੂਰ ਹੀਰਾ ਡੌਲੇ 'ਤੇ ਬੰਨ ਛੱਡਿਆ।
ਸ਼ੇਰੇ ਪੰਜਾਬ ਨੂੰ ਕਿਸੇ ਬੰਦੇ ਨੇ ਕੁਐਸਚਨ ਕੀਤਾ, ਉਹ ਕਹਿੰਦਾ ਸ਼ੇਰੇ ਪੰਜਾਬ ਕੋਹੇ ਨੂਰ ਹੀਰਾ ਡੌਲੇ 'ਤੇ ਨਹੀਂ ਬੰਨੀ ਦਾ, ਕੋਹੇ ਨੂਰ ਹੀਰਾ ਮੱਥੇ 'ਤੇ ਬੰਨੀ ਦਾ, ਇਹ ਮੱਥੇ 'ਤੇ ਬੰਨਣ ਵਾਲੀ ਚੀਜ਼ ਆ। ਅਤੇ ਤੁਹਾਡੇ ਬਾਦਸ਼ਾਹ ਦੀ ਹਾਜ਼ਰ ਜਵਾਬੀ ਵੇਖਿਓ, ਉਹ ਕਹਿੰਦਾ ਸੱਜਣਾ ਜਿਨ੍ਹਾਂ ਨੇ ਮੱਥੇ ਰਗੜ ਰਗੜ ਕੇ ਲਿਆ ਹੋਊਗਾ ਉਹ ਤਾਂ ਬੰਨਣਗੇ ਮੱਥਿਆਂ ਉੱਤੇ, ਅਸੀਂ ਤਾਂ ਡੌਲਿਆਂ ਦੇ ਜ਼ੋਰ ਨਾਲ ਲੈ ਕੇ ਵਿਖਾਇਆ, ਇਸ ਕਰਕੇ ਡੌਲਿਆਂ 'ਤੇ ਬੰਨ ਕੇ ਵਿਖਾਵਾਂਗੇ। ਅਗਲਾ ਹੈਰਾਨ ਹੋ ਗਿਆ ਸੀ, ਐਡੀ ਹਾਜ਼ਰ ਜਵਾਬੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ। ਪਰ ਦਿਨ ਨੇੜੇ ਆਉਂਦਾ ਸੀ, 30 ਅਪ੍ਰੈਲ ਸੰਨ 1837 ਪਿਸ਼ਾਵਰ ਦੀ ਧਰਤੀ ਜਮਰੌਦ ਦਾ ਮੈਦਾਨੇ ਜੰਗ, ਸਿੱਖ ਰਾਜ ਦਾ ਇੱਕ ਪਿੱਲਰ ਡਿੱਗਾ, ਉਸ ਪਿੱਲਰ ਦਾ ਨਾਮ ਆ ਸਰਦਾਰ ਹਰੀ ਸਿੰਘ ਨਲੂਆ। ਬਸ ਇੱਥੋਂ ਕਹਾਣੀ ਵਿਗੜੀ ਹੈ ਸਾਰੀ। ਮੈਨੂੰ ਸ਼ਾਇਦ ਇੱਕ ਵੀਰ ਨੇ ਆਖਿਆ ਸੀ ਵੀ ਥੋੜ੍ਹਾ ਜਿਹਾ ਹਰੀ ਸਿੰਘ ਨਲੂਏ ਦਾ ਜ਼ਰੂਰ ਟੱਚ ਕਰਕੇ ਜਾਇਓ। ਮੈਨੂੰ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ, ਹਰੀ ਸਿੰਘ ਨਲੂਏ ਦਾ ਸ਼ਹੀਦ ਹੋਣਾ ਖਾਲਸਾ ਰਾਜ ਵਾਸਤੇ ਸਭ ਤੋਂ ਵੱਡਾ ਘਾਟੇ ਦਾ ਸੌਦਾ ਸੀ। ਇੰਗਲੈਂਡ ਤੋਂ ਇੱਕ ਅਖਬਾਰ ਨਿਕਲਦੀ ਹੈ ਟਿਟ ਬਿਟਸ, ਹੁਣ ਨਹੀਂ ਨਿਕਲਦੀ, ਨੈੱਟ 'ਤੇ ਜਾ ਕੇ ਸਰਚ ਮਾਰ ਲਿਓ ਟਿਟ ਬਿਟਸ। ਕਿਸੇ ਵਕਤ ਇੰਗਲੈਂਡ ਤੋਂ ਨਿਕਲਣ ਵਾਲੀ ਟਿਟ ਬਿਟਸ ਅਖਬਾਰ ਨੇ ਦੁਨੀਆ ਦੇ 100 ਮਹਾਨ ਜਰਨੈਲਾਂ ਦੀ ਲਿਸਟ ਬਣਾਈ, ਦੁਨੀਆ ਦੇ 100 ਮਹਾਨ ਜਰਨੈਲਾਂ ਦੀ, ਗੋਰੇ ਸੀ ਲਿਸਟ ਬਣਾਉਣ ਵਾਲੇ। ਅਤੇ ਤੁਸੀਂ ਹੈਰਾਨ ਹੋਵੋਗੇ, ਇੰਗਲੈਂਡ ਨੇ ਵੀ ਦੁਨੀਆ ਦਾ 1 ਨੰਬਰ ਦਾ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਨੂੰ ਮੰਨਿਆ ਸੀ। ਆ 2014 ਦੀ ਗੱਲ ਆ, ਆਸਟ੍ਰੇਲੀਆ ਤੋਂ ਇੱਕ ਰਸਾਲਾ ਨਿਕਲਦਾ ਵਾ ਬਲੇਨੀਅਰ, ਬਲੇਨੀਅਰ ਰਸਾਲੇ ਨੇ ਦੁਨੀਆ ਦੇ ਟੌਪ 10 ਜਰਨੈਲਾਂ ਦੀ ਲਿਸਟ ਬਣਾਈ। ਇੰਗਲੈਂਡ ਨੇ 100 ਦੀ ਬਣਾਈ, ਆਸਟ੍ਰੇਲੀਆ ਨੇ 10 ਦੀ ਬਣਾਈ। ਤੁਹਾਨੂੰ ਮਾਣ ਹੋਣਾ ਚਾਹੀਦਾ ਵਾ, ਆਸਟ੍ਰੇਲੀਆ ਨੇ ਦੁਨੀਆ ਦੇ 10 ਮਹਾਨ ਜਰਨੈਲਾਂ 'ਚ ਪਹਿਲੇ ਨੰਬਰ ਉੱਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਰੱਖਿਆ ਸੀ। ਉਹਦੇ ਵਰਗਾ ਕੋਈ ਨਹੀਂ, ਉਹ ਜਰਨੈਲ ਸੀ। 30 ਅਪ੍ਰੈਲ ਸੰਨ 1837 ਨੂੰ ਉਹਦੀ ਸ਼ਹਾਦਤ ਹੋਈ, ਅਤੇ ਜਿੱਦਣ ਹਰੀ ਸਿੰਘ ਨਲੂਏ ਦਾ ਸੰਸਕਾਰ ਹੋਇਆ ਨਾ, ਲੋਕ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲੀ ਵਾਰੀ ਕਿਸੇ ਨੇ ਨਿਆਣਿਆਂ ਵਾਂਗੂ ਰੋਂਦਿਆਂ ਵੇਖਿਆ ਸੀ, ਨਿਆਣਿਆਂ ਵਾਂਗੂ ਭੁੱਬਾਂ ਮਾਰ ਮਾਰ ਕੇ ਸ਼ੇਰੇ ਪੰਜਾਬ ਰੋਇਆ, ਕਿਉਂਕਿ ਉਹਦੇ ਰਾਜ ਭਾਗ ਦਾ ਇੱਕ ਥੰਮ ਡਿੱਗ ਚੁੱਕਾ ਸੀ। ਥੋੜ੍ਹਾ ਸਮਾਂ ਲੰਘਿਆ, ਸ਼ੇਰੇ ਪੰਜਾਬ ਦਾ ਪਾਸਾ ਮਰ ਗਿਆ। ਪਾਸਾ ਮਰਨਾ ਮਤਲਬ ਤੁਹਾਡੇ ਕੋਲ ਡਾਕਟਰ ਵੀਰ ਬੈਠਾ ਹੋਵੇ, ਉਹ ਚੰਗੀ ਤਰ੍ਹਾਂ ਸਮਝਦਾ, ਜਿਹਨੂੰ ਆਪਾਂ ਪੈਰਾਲਾਈਜ਼ ਦਾ ਅਟੈਕ ਕਹਿ ਦੇਣੇ, ਇੱਕ ਪਾਸਾ ਨਕਾਰਾ ਹੋ ਜਾਂਦਾ। ਅਤੇ ਹੁਣ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਲੱਗਾ ਵਾਂ, ਇਹਦੇ ਉੱਤੇ 100% ਮੋਹਰ ਨਹੀਂ ਅਜੇ ਲੱਗੀ, ਲੱਗ ਜਾਣੀ ਆ ਥੋੜ੍ਹੇ ਚਿਰ ਨੂੰ, ਥੋੜ੍ਹੇ ਚਿਰ ਨੂੰ ਨਵੀਂ ਖੋਜ ਆਏ। ਅਤੇ ਨਵੀਂ ਖੋਜ ਇਹ ਕਹਿੰਦੀ ਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਨਹੀਂ, ਮਹਾਰਾਜਾ ਰਣਜੀਤ ਸਿੰਘ ਨੂੰ ਪੈਰਾਲਾਈਜ਼ ਦਾ ਅਟੈਕ ਦਵਾਇਆ ਗਿਆ ਸੀ। ਕਿੰਨੇ? ਅੰਗਰੇਜ਼ਾਂ ਦੀ ਜਿਹੜੀ ਸਭ ਤੋਂ ਵੱਡੀ ਕੰਪਨੀ ਆ ਕਲਕੱਤੇ 'ਚ, ਈਸਟ ਇੰਡੀਆ ਕੰਪਨੀ, ਤੁਹਾਨੂੰ ਪਤਾ ਉਹ ਈਸਟ ਇੰਡੀਆ ਕੰਪਨੀ ਕਿੰਨੀ ਆ, ਕਿੰਨਾ ਦੀ ਆ? ਉਹ ਇੱਕ ਪਰਿਵਾਰ ਦੀ ਆ, ਉਸ ਫੈਮਿਲੀ ਦਾ ਨਾਮ ਆ ਰੌਥ ਚਾਈਲਡ ਫੈਮਿਲੀ। ਆ ਦੁਨੀਆ ਦੀਆਂ ਜਿੰਨੀਆਂ ਬੈਂਕਾਂ ਵਾ ਇਹ 2-3 ਘਰਾਂ ਦੀਆਂ ਹੀ ਆ। ਆ ਮੋਦੀ ਹੋਣੀ, ਅੰਬਾਨੀ ਅਡਾਨੀ ਹੋਣੀ, ਦੁਨੀਆ ਦੀਆਂ ਜਿੰਨੀਆਂ ਸਰਕਾਰਾਂ ਵਾ ਇਹ ਸਾਰੇ ਉਹਨਾਂ ਦਾ ਪਾਣੀ ਭਰਦੇ ਆ। ਦੁਨੀਆ ਦਾ ਜਿੰਨਾ ਪੈਸਾ ਵਾ ਉਹ 3 ਟੱਬਰਾਂ ਦੇ ਕੋਲ ਆ, ਸਾਰੀ ਦੁਨੀਆ ਦਾ। ਕਿੱਥੇ ਜੰਗ ਲਾਉਣੀ ਆ, ਕਿੱਥੇ ਹੜ੍ਹ ਲਿਆਉਣੇ ਆ, ਕਿੱਥੇ ਬਿਮਾਰੀ ਲਿਆਉਣੀ ਆ,
ਕਿੱਥੇ ਸ਼ਾਂਤੀ ਲਿਆਉਣੀ ਆ, ਇਹ ਉਹ ਤਿੰਨ ਟੱਬਰ ਡਿਸਾਈਡ ਕਰਦੇ ਆ ਬਹਿ ਕੇ ਵੀ ਕਿੱਥੇ ਕਿਹਦੀ ਸਰਕਾਰ ਬਣਾਉਣੀ ਆ, ਕਿੱਥੇ ਕਿਹਨੂੰ ਉਲਟਾਉਣਾ ਵਾ, ਕਿੱਥੇ ਕਿਹਨੂੰ ਬਣਾਉਣਾ ਵਾ। ਸਾਨੂੰ ਲੋਕਾਂ ਦੇ ਭਾਣੇ ਵੀ ਅਸੀਂ ਕੁਝ ਕਰਦੇ ਹਾਂ, ਦੁਨੀਆ ਤਿੰਨ ਪਰਿਵਾਰ ਚਲਾ ਰਿਹਾ ਇਸ ਵਕਤ, ਅਤੇ ਸਾਰੀ ਦੁਨੀਆ ਉਹਨਾਂ ਕੋਲੋਂ ਕਰਜ਼ਾ ਲੈ ਕੇ ਚੱਲਦੀ ਆ। ਉਸ ਪਰਿਵਾਰ ਦੇ ਕੋਲੋਂ ਦੋ ਬੰਦਿਆਂ ਨੇ ਕਰਜ਼ਾ ਨਹੀਂ ਸੀ ਲਿਆ ਕਦੀ, ਇੱਕ ਮਹਾਰਾਜਾ ਰਣਜੀਤ ਸਿੰਘ ਨੇ, ਇੱਕ ਫਰਾਂਸ ਦੇ ਸਮਰਾਟ ਨੈਪੋਲੀਅਨ ਬੋਨਾਪਾਰਟ ਨੇ। ਇਸ ਟੱਬਰ ਨੂੰ ਇਹ ਦੋਵੇਂ ਬੰਦੇ ਚੁਭਦੇ ਸੀ ਵੀ ਸਾਰੀ ਦੁਨੀਆ ਸਾਡੀ ਜੁੱਤੀ ਦੇ ਥੱਲੇ ਲੱਗੀ ਆ, ਨਾ ਫਰਾਂਸ ਵਾਲੇ ਲੱਗਦੇ ਆ, ਨਾ ਪੰਜਾਬ ਵਾਲੇ ਲੱਗਦੇ ਆ। ਨੈਪੋਲੀਅਨ ਬੋਨਾਪਾਰਟ ਤੇ ਉਹਨਾਂ ਨੇ ਪਹਿਲਾਂ ਖਤਮ ਕਰ ਲਿਆ, ਮੁੜ ਕੇ ਉਹਨਾਂ ਦਾ ਧਿਆਨ ਆਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲ ਵੀ ਇਹਨੂੰ ਕਿੱਦਾਂ ਰਸਤੇ 'ਚੋਂ ਹਟਾਉਣਾ ਵਾ। ਇਹਨੂੰ ਹਟਾਉਣ ਵਾਸਤੇ ਉਹਨਾਂ ਨੇ ਇੱਕ ਡਾਕਟਰ ਕਲਕੱਤੇ ਤੋਂ ਪੰਜਾਬ ਘੱਲਿਆ ਸੀ ਲਾਹੌਰ, ਉਸ ਡਾਕਟਰ ਨੂੰ ਇਹ ਗੱਲ ਆਖੀ ਗਈ।